ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਸਤਿਕਾਰਯੋਗ ਸ਼੍ਰੀਮਤੀ ਫਲਕ ਜੀ ਦੁਆਰਾ ਪ੍ਰੇਰਿਤ ਹੋ ਕੇ ਮੈਂ ਜੋਤੀ ਬਜਾਜ ਅੱਜ ਆਪ ਸਭ ਨਾਲ ਵਿਸਾਖੀ ਦੇ ਦਿਹਾੜੇ 'ਤੇ ਆਪਣੇ ਕੁਝ ਵਿਚਾਰ ਇੱਕ ਕਵਿਤਾ ਦੇ ਰੂਪ ਵਿੱਚ ਪੇਸ਼ ਕਰਨ ਜਾ ਰਹੀ ਹਾਂ। ਸਭ ਤੋਂ ਪਹਿਲਾਂ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ। ਕਵਿਤਾ ਕਥਾ ਕਾਰਵਾਂ ਮੰਚ ਦੇ ਰੂਪ 'ਚ ਸਾਨੂੰ ਸਭਨਾਂ ਨੂੰ ਮਿਲਿਆ ਨਜ਼ਰਾਨਾ। ਖੇਤਾਂ ਦੇ ਵਿੱਚ ਫਸਲਾਂ ਪੱਕਦੀਆਂ ਹੁੰਦੀਆਂ ਵਾਢੀ ਲਈ ਤਿਆਰ, ਬੜਾ ਹੀ ਪਵਿੱਤਰ ਮੰਨਿਆ ਜਾਂਦਾ ਵਿਸਾਖੀ ਦਾ ਤਿਉਹਾਰ। ਖਾਲਸਾ ਪੰਥ ਦੀ ਸਥਾਪਨਾ ਹੋਈ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ। ਖੰਡੇ ਪਾਟੀ 'ਚ ਅੰਮ੍ਰਿਤ ਛੱਕਣ ਦੀ ਚਲਦੀ ਆ ਰਹੀ ਪਵਿੱਤਰ ਧਾਰਾ। ਅੱਜ ਇਹ ਤਿਉਹਾਰ ਘਰੋਂ ਘਰੀ ਮਨਾ ਰਿਹਾ ਜਾਗੇ ਸਾਰੇ ਦਾ ਸਾਰਾ, ਕਲਗੀਆਂ ਵਾਲਾ ਆਪੇ ਹੀ ਦੇਵੇਗਾ ਸਾਨੂੰ ਸਭਨਾਂ ਨੂੰ ਸਹਾਰਾ। ਕਰੋਨਾ ਦਾ ਆਤੰਕ ਆਣ ਮੁਕਾਏਗਾ ਸਾਡਾ ਬਾਜਾਂ ਵਾਲਾ ਸੱਚਾ ਪਾਤਸ਼ਾਹ। ਬਸ ਦੋਸਤੋ, ਛੱਡਣਾ ਨਾ ਕਦੇ ਵੀ ਹੌਸਲਿਆਂ ਦੀ ਰਾਹ। ਵਿਸਾਖੀ ਦੇ ਤਿਉਹਾਰ ਨੂੰ ਆਓ ਬਣਾਈਏ ਯਾਦਗਾਰ, ਅਰਦਾਸ ਕਰੀਏ ਮਿਲ ਜੁਲ ਕੇ ਸੁਖੀ ਰਹੇ ਹਰ ਘਰ ਪਰਿਵਾਰ। ਮਨ 'ਚ ਸਾਰੇ ਹੀ ਇੱਕੋ ਪ੍ਰਣ ਲਵੋ ਜੀ ਤਾਰ, ਮੰਨੀਏ ਨਾ ਰੱਬ ਦੇ ਹੁੰਦਿਆਂ ਕਿਸੇ ਵੀ ਕਸ਼ਟ ਤੋਂ ਹਾਰ। ਫਲਕ ਮੈਮ ਦੀ ਤਰ੍ਹਾਂ ਵੰਡਦੇ ਰਹੀਏ ਸਭਨਾਂ ਨੂੰ ਹੀ ਪਿਆਰ। ਮੇਰੇ ਵੱਲੋਂ ਮੁਬਾਰਕ ਹੋਵੇ ਜੀ ਸਭਨਾਂ ਨੂੰ ਵਿਸਾਖੀ ਦਾ ਤਿਉਹਾਰ। ਧੰਨਵਾਦ ਜੀ। ਵਾਹਿਗੁਰੂ ਜੀ ਦਾ